ਇੱਕ ਗੱਲ ਤਾਂ ਇਹ ਕਰਨੀ, ਜਿਹੜਾ ਅਵਤਾਰ ਸਿੰਘ ਕਹਿ ਰਿਹਾ ਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਥੱਲੇ ਬਹਿੰਦਾ ਸੀ ਤੇ ਉਹ ਉੱਪਰ ਬਹਿੰਦਾ ਸੀ ਗੁਰਬਚਨਾਂ ਦਾ ਅਨੁਕਾਰੀ। ਹਾਂਜੀ, ਉਹ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਕਰਦੇ ਸੀ, ਉਹਨਾਂ ਨੇ ਆਪਣੀ ਅਵਤਾਰ ਬਾਣੀ ਗ੍ਰੰਥ ਬਣਾਇਆ ਹੋਇਆ ਸੀ, ਜਿਹੜਾ ਉਹਨਾਂ ਦਾ ਅਵਤਾਰ ਸਿੰਘ ਪਹਿਲਾ ਮੁਖੀ ਸੀਗਾ, ਉਹਦੀਆਂ ਕਵਿਤਾਵਾਂ ਜੀਆਂ ਲਿਖੀਆਂ, ਉਹਦਾ ਅਵਤਾਰ ਬਾਣੀ ਗ੍ਰੰਥ ਸੀਗਾ, ਉਹਦਾ ਪ੍ਰਕਾਸ਼ ਕਰਦੇ। ਅੱਜ ਵੀ ਕਰ ਦਿਓ ਆਪਣੇ ਏਰੀਆ ਚ ਉਹਦਾ ਪ੍ਰਕਾਸ਼। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਲੈ ਲਓ ਜੀ, ਹੋਰ ਲੈ ਲਓ। ਗੱਲ ਵੀ ਇਹ ਚੱਕੀ ਸੀ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਸ਼ਰੀਕ ਗੁਰੂ ਆਪਣਾ ਗੁਰੂ ਬਣਾ ਲਿਆ, ਲਿਖ ਲਿਆ ਕਿਤਾਬ, ਲਿਖ ਲਈ ਆਪਣੀ ਗ੍ਰੰਥ ਲਿਖ ਲਿਆ। ਤੇ ਦੂਜਾ ਐਲੀਗੇਸ਼ਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾਏ ਤੇ ਉਹਨੇ ਆਪਣੇ ਪੰਜ ਸਤਾਰੇ ਬਣਾਏ ਹੋਏ, ਸੱਤ ਸਤਾਰੇ ਬਣਾਏ ਹੋਏ ਸੀ ਉਹਦੇ ਅਕੋਰਡਿੰਗਲੀ, ਅਲੱਗ ਅਲੱਗ ਇਲਾਕਿਆਂ ਚ ਪ੍ਰਚਾਰ ਕਰਨ ਲਈ, ਅਲੱਗ ਅਲੱਗ ਸਟੇਟਾਂ ਦੇ ਵਿੱਚ, ਕਾਨਪੁਰ ਹੋ ਗਿਆ, ਯੂਪੀ ਚ, ਪੰਜਾਬ ਚ ਜਿਹੜਾ ਅੰਮ੍ਰਿਤਸਰ ਵਾਲਾ ਸੀਗਾ। ਤੇ ਇਹ ਗੱਲ ਤੋਂ ਬਾਅਦ ਜਿਹੜੀ ਮੈਂ ਮੇਨ ਗੱਲ ਕਰਨੀ ਸੀ ਵੀਰ ਜੀ, ਛੋਟੀ ਜੀ, ਹਾਂਜੀ, ਇਹ ਜਦੋਂ ਜਦ 6 ਜੂਨ 84 ਨੂੰ ਅਟੈਕ ਹੋ ਗਿਆ ਦਰਬਾਰ ਸਾਹਿਬ ਦੀ, ਹਾਂਜੀ, ਜਾਂ ਤਾਂ ਉੱਥੇ ਸਾਰੀ ਲੀਡਰਸ਼ਿਪ ਮਾਰੀ ਗਈ, ਜਿਹੜੀ ਬਚੀ ਉਹ ਚੱਕ ਕੇ ਉਹਨਾਂ ਨੇ ਜੇਲਾਂ ਚ ਧੱਕਤੀ। ਇਹ ਉਸ ਤੋਂ ਬਾਅਦ ਰਹਿਤ ਖੂੰਹਦ ਜਿਹੜੀ ਬਚੀ, ਜਿਹੜੀ ਲੀਡਰਸ਼ਿਪ ਬਣੀ ਬਾਅਦ ਚੋ, ਮੋਕਮ ਸਿੰਘ ਹੋ ਗਿਆ ਜਾਂ ਹੋਰ ਦੂਜੇ ਤੀਜੇ ਹੋ ਗਏ, ਇਹ ਜਦ ਉਹਨਾਂ ਨੇ ਦਰਬਾਰ ਸਾਹਿਬ ਚੋ ਟੈਂਕਾਂ ਤੋਪਾਂ ਦੇ ਨਾਲ ਸਾਰੇ ਕੱਢਤੇ ਜਾਂ ਮਾਰਤੇ, ਢਾਣ ਤੋਂ ਵੀ ਗੁਰੇਜ ਨੀ ਕੀਤਾ ਉਹਨਾਂ ਨੇ, ਅੰਦਰ ਸੰਗਤ ਦਾ ਵੀ ਲਿਹਾਜ਼ ਨੀ ਕੀਤਾ ਉਹਨਾਂ ਨੇ, ਇਹੀ ਕਹਿੰਦੇ ਨੇ ਨਾ ਵੀ ਬੱਚੇ ਨੂੰ ਮਾਰਤੇ ਜੀ ਅੰਦਰ ਉਹਨਾਂ ਨੇ, ਸਰਾਂ ਦੇ ਵਿੱਚ ਕਮਰਿਆਂ ਚ ਬੰਬ ਮਾਰੇ ਉਹਨਾਂ ਨੇ। ਉਸ ਤੋਂ ਬਾਅਦ 81 ਆਉਂਦੇ ਆਉਂਦੇ ਇਹਨਾਂ ਨੂੰ ਕਿੰਨੇ ਇਜਾਜ਼ਤ ਦੇ ਦਿੱਤੀ ਕਿ ਸਰਬੱਤ ਖਾਲਸਾ ਦੀ ਇਹ ਆੜ ਦੇ ਵਿੱਚ ਅੰਦਰ ਵੜੇ ਦੁਆਰਾ। ਦੇਖੋ ਜੀ, ਤੁਸੀਂ ਜਿਹੜੀ ਗੱਲ ਕਰਦੇ ਆ ਨਾ ਵੀਰ ਜੀ, ਇਹਨੂੰ ਜਦੋਂ ਨਾ ਤੁਸੀਂ ਮੋਕਮ ਸਿੰਘ ਨੂੰ ਪਿਕਚਰ ਦੇ ਵਿੱਚ ਆਉਣ ਨੂੰ, ਮਨਵੀਰ ਸਿੰਘ ਚਹੇੜੂ ਨੂੰ ਤੇ ਬੇਅੰਤ ਸਿੰਘ ਦੇ ਟੱਬਰ ਲਈ ਖਰੀਦੇ ਹੋਏ ਪਲਾਟ ਨੂੰ ਇਕੱਠਿਆਂ ਨੂੰ ਦੇਖਣਾ, ਤਾਂ ਤੁਹਾਨੂੰ ਫਿਰ ਸਰਬੱਤ ਖਾਲਸੇ ਦੀ ਵੀ ਸਮਝ ਆ ਜਾਣੀ ਆਰਾਮ ਨਾਲ ਹੀ। ਮੇਰੀ ਗੱਲ ਥੋੜੀ ਜਿਹੀ ਕੰਪਲੀਟ ਹੋ ਲੈਣ ਤੋਂ, ਸਮਝ ਗਿਆ ਤੁਹਾਡੀ ਗੱਲ ਨੂੰ। ਫਿਰ ਸਰਬੱਤ ਖਾਲਸਾ ਦੀ ਆੜ ਦੇ ਵਿੱਚ ਇਹਨਾਂ ਦਾ ਅੰਦਰ ਵੜਨਾ, ਫਿਰ ਬਲੈਕ ਟੰਡਰ ਤੱਕ ਉੱਥੇ ਜੋ ਗੰਦ ਪੈਣਾ, ਇਹਦੀ ਖੁੱਲ ਸਰਕਾਰ ਨੇ ਦਿੱਤੀ ਨਾ ਇਹਨਾਂ ਨੂੰ, ਉਹਨਾਂ ਨੇ ਖਤਮ ਕਰਨੀ, ਉਦੋਂ ਬਲੈਕ ਟੰਡਰ ਕਰਤਾ, ਜਦੋਂ ਉਹਨਾਂ ਨੇ ਜਰਨੈਲ ਸਿੰਘ ਨੂੰ ਖਤਮ ਕਰਨਾ ਹੀ, ਉਹਨਾਂ ਨੇ 6 ਜੂਨ ਕਰਤੀ ਬਲਿਊ ਸਟਾਰ, ਤੇ ਜਦੋਂ ਇਹਨਾਂ ਨੂੰ ਮੁੜ ਕੇ ਨੱਥ ਪਾਣੀ ਸੀ, ਫਿਰ ਉਹਨਾਂ ਨੇ ਕਰਤਾ ਬਲੈਕ ਟੰਡਰ। ਗੀਤਾ ਭਾਜੀ, ਖੰਡਾ ਜੀ, ਧਿਆਨ ਨਾਲ ਸੁਣ ਲਓ, ਖੰਡਾ ਤੇਰਿਆਂ ਤੇ ਬਾਪੂ ਖੁਦ ਮਰਿਆ, ਗੱਲ ਸੁਣ ਲਾ ਧਿਆਨ ਨਾਲ, ਖੰਡੇ ਸੁਣਦੇ ਹੋਣੇ ਆਉਣੇ ਯਾਰ ਪ੍ਰੋਗਰਾਮ ਜ਼ਰੂਰ। ਉਸ ਤੋਂ ਬਾਅਦ ਅੱਜ ਉਹ ਲੀਡਰ ਮੋਕਮ ਸਿਓ, ਗੁਰਦੀਪ ਸਿਓ, ਇਹ ਜਿਹੜੇ ਆਏ ਸੀ ਅੱਗੇ ਉੱਠ ਕੇ, ਅੱਜ ਕਿੱਥੇ ਖੜੇ ਆਸ਼ੀਏ ਦੇ ਲਈ ਜਾ ਕੇ ਸੱਟੇ ਉਹਨਾਂ ਨੇ, ਪੂੰਝ ਕੇ ਮਾਰੇ ਪਰੇ, ਅੱਜ ਪੁੱਛਣਾ ਨੀ ਕੋਈ ਉਹਨਾਂ ਨੂੰ, ਲੱਗੇ ਲੋਕ ਸਭਾ ਦੀ ਇਲੈਕਸ਼ਨ ਲੜਨ, ਦੇਖ ਲਿਓ ਜਮਾਨਤਾਂ ਵਾਲੀ ਬੱਚੜੀਆਂ ਕਿੱਧਰ ਜਾਣੀਆਂ ਇਹਨਾਂ ਦੀਆਂ। ਪਹਿਲਾਂ ਬੇਕੂ ਬਣਾਇਆ ਬਾਈਬਲ ਵਾਲਾ ਕਾਂਡ ਤੋਂ ਸਰਬੱਤ ਖਾਲਸਾ ਧੱਕੇ ਨਾਲ ਕੱਢਿਆ, ਉਹਨੇ ਦਿਮਾਗ ਖਰਾਬ ਕੀਤਾ, ਤੁਹਾਡਾ ਜਥੇਦਾਰ ਬਣਾ ਲਏ ਤੁਸੀਂ, ਆ ਜਿਹੜਾ ਜਲੂਸ ਤੁਸੀਂ ਬਰਗਾੜੀ ਚ ਘਾਟ ਆ ਗਏ ਹਟੇ, ਜਿਦਨ ਬਰਗਾੜੀ ਦਾ ਮੋਰਚਾ ਲੱਗਿਆ ਸੀ ਮੈਂ ਉਦੋਂ ਹੀ ਕਹਿ ਦਿੱਤਾ ਸੀ, ਮੈਂ ਕਿਹਾ ਲੋਕ ਸਭਾ ਕੱਢਣੀ ਇਹਨਾਂ ਨੇ, ਇਹ MP ਦੀਆਂ ਇਲੈਕਸ਼ਨਾਂ ਲੜਨਗੇ ਐਂਡ ਤੇ ਜਾ ਕੇ, ਬਸ ਪੈਸੇ ਇਲੈਕਸ਼ਨ ਵੀ ਕਾਹਦੀ ਆ, ਪੈਸੇ ਇਕੱਠੇ ਕਰਨੇ ਆ ਜੀ ਇਹਨਾਂ ਨੇ, ਬਸ ਟੱਚ ਹੀ ਲੈਣੇ, ਕਿਸੇ ਨੂੰ ਬਾਦਲ ਨੇ ਟੱਚ ਹੀ ਦੇ ਦੇਣਾ, ਕਿਸੇ ਨੂੰ ਕੈਪਟਨ ਨੇ ਦੇ ਦੇਣਾ, ਉੱਥੇ ਕਹਾਣੀ ਇਹਨਾਂ ਦੀ ਕੋਠੀ ਇੱਕ ਹੋਰ ਬਣ ਜਾਣੀ, ਕੌਮ ਜਾਏ ਟੱਟੇ ਖੂਹ ਚ। ਬਸ ਬਸ ਬਸ, ਜਿੰਨੇ ਪ੍ਰੋਗਰਾਮ ਜੀਤਾ, ਮੈਂ ਬੋਲਣਾ ਨੀ ਚਾਹੁੰਦਾ ਜੀ, ਅੱਜ ਜੀਤਾ ਜਿੰਨੀ ਬਕਵਾਸ ਕਰ ਹਟਿਆ ਨਾ, ਉਹ ਬੀਬੀ ਨੂੰ ਵੀ ਲਿਆਇਆ ਉਹਦੇ ਪ੍ਰੋਗਰਾਮ ਚ, ਦਲੇਰ ਕੋਲ ਨੂੰ ਪਤਾ, ਟਿਕਟ ਵੀ ਕੋਲੋਂ ਹੀ ਲਾਈ ਹੋਣੀ ਇਹਨਾਂ ਨੇ,
ਉਹ ਬੜੇ ਸ਼ੋਰਟ ਪੀਰੀਅਡ ਲਈ ਆਈ ਸੀ, ਕਹਿੰਦੇ ਵੀ ਇਹਨੇ ਕੱਲ ਨੂੰ ਚਲੀ ਜਾਣਾ ਇੱਥੋਂ, ਆਹੋ 4 ਦਿਨ ਲਈ ਆਖੇ ਘੁੰਮ, ਵੈਸੇ ਹੀ ਦੇਖਣੇ ਆ, ਮਿਲਣ ਗਿਲਣੇ ਆਈ ਆ ਜੀ, ਗਾਹਾਂ ਪ੍ਰੋਗਰਾਮ ਕਰਨ ਬਾਅਦ ਚ ਆਊਗੀ, ਲੈਣੇ ਬੜੇ ਮੇ ਇਹਨਾਂ ਦੇ ਉਹਦੇ ਕੋਲ। ਜਿੱਤੇ ਭਾਜੀ ਖੰਡਾ ਖੰਡਾ ਬੈਠਾ ਤੇਰੇ ਨਾਲ, ਖੰਡੇ ਦੀ ਮੰਮੀ ਜਿੰਦੀ ਅਜੇ, ਉਹਨੂੰ ਕਹਿ ਆ ਕੇ ਆਉਣ ਯਾਰ, ਬੋਲ ਜੇ ਸਾਰਾ ਕੁਛ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਾਰੇ, ਆ ਜਾਵੇ ਆਉਣ ਯਾਰ, ਉਹਨੂੰ ਬਿਠਾਏ ਤੇ ਆ ਗਏ ਉਹਦੀ ਮੰਮੀ ਨੂੰ, ਇਹ ਬੰਦੇ ਇਹ ਬੰਦੇ ਬਾਹਰ ਕਿੱਦਾਂ ਨਿਕਲ ਗਏ। ਨਾ ਨਾ ਇੰਨੇ ਇੰਨੇ ਕਤਲ ਯਾਰ ਇਹਨਾਂ ਦੇ, ਆ ਚਾਵਲੇ ਹੁਣਾਂ ਤੇ ਹਰਬੰਸ ਜਿਹੜਾ ਉਹਦਾ ਸੀਗਾ ਦਿੱਲੀ ਕਮੇਟੀ ਵਾਲਾ ਮਨਚੰਦਾ ਦਾ ਕਤਲ ਸੀਗਾ ਦਿੱਲੀ ਵਾਲੇ ਦਾ, ਵਿਰਸਾ ਸਿੰਘ ਵਲਟੋਆ ਤੇ ਮਹਿਤਾ ਚਾਵਲਾ ਤਿੰਨਾਂ ਦੇ ਉੱਤੇ ਸੀਗਾ, ਉਹ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਫਿਰਦੇ ਆ ਤੇ ਉਹ ਬਣਿਆ ਫਿਰਦਾ MLA। ਇਹਨਾਂ ਨੇ ਬਈ ਹੱਥ ਜੋੜ ਕੇ ਬੇਨਤੀ, ਆ ਨਵੀਂ ਗੱਲ ਸੁਣ ਲਓ ਰੈਫਰੈਂਡਮ ਵਾਲਿਆਂ ਦੀ, ਆ ਤਿੰਨ ਮੁੰਡੇ ਚੱਕ ਕੇ ਅੰਦਰ ਵਾੜ ਤੇ ਉਹਨਾਂ ਨੇ ਸਿਰਫ ਦੋਸ਼ ਲਾਇਆ, ਇੱਕ ਕੋਲ ਬੱਬਰ ਸੁਖਦੇਵ ਸਿੰਘ ਬੱਬਰ ਦੀ ਜੀਵਨੀ ਮਿਲੀ ਹੈ ਤੇ ਫੋਟੋਆਂ ਮਿਲੀਆਂ ਕੁਛ ਸ਼ਹੀਦਾਂ ਦੀਆਂ, ਉਹ ਦੇਸ਼ ਧਰੋਹ ਦਾ ਮੁਕੱਦਮਾ ਲਾ ਕੇ ਤਿੰਨ ਜਣੇ ਠੋਕਦੇ ਅੰਦਰ ਰੱਖੇ ਉਹਨਾਂ ਨੇ। ਨਹੀਂ ਉਹ ਯਾਰ ਹੱਦ ਹੋ ਗਈ, ਜਿਹੜੇ ਦਰਬਾਰ ਸਾਹਿਬ ਦੇ ਅੰਦਰ ਭਿੰਡਰਾਂ ਵਾਲੇ ਦੀਆਂ ਫੋਟੋ ਤਾਂ ਬਾਦਲ ਨੇ ਲਾਈਆਂ ਆਪ, ਉਹਨਾਂ ਨੂੰ ਕੋਈ ਨੀ ਫੜ ਰਿਹਾ ਨਾ, ਉਹਨਾਂ ਜਿਹੜੇ ਇੱਕ ਮੇਰੇ ਵਰਗੇ ਕਿਸੇ ਨੇ ਜਜ਼ਬਾਤ ਚ ਆ ਕੇ 4 ਫੋਟੋਆਂ ਰੱਖ ਲਈਆਂ ਘਰ ਚ, ਉਹਨਾਂ ਤੇ ਆ ਕੋਰਟ ਨੇ ਪਾਏ ਆ, ਇੰਡੀਅਨ ਕੋਰਟ ਨੇ ਦੇਸ਼ ਧਰੋਹੀ ਦਾ ਮੁਕੱਦਮਾ ਪਾਇਆ, ਅੰਦਰ ਠੋਕੇ ਤਿੰਨ ਜਣੇ, ਲੇਟੈਸਟ 4 ਦਿਨ ਪੁਰਾਣੀ ਗੱਲ ਹੈ। ਨਹੀਂ ਹੁਣ ਸਜ਼ਾ ਤੇ ਲੱਖ ਲੱਖ ਰੁਪਏ ਜੁਰਮਾਨਾ ਕੀਤਾ। ਮੈਂ ਇਹੀ ਤਾਂ ਗੱਲ ਕਰਦਾ ਵੀ ਜਿਹੜੇ ਬੰਦੇ ਸ਼ਰੇਆਮ ਭਿੰਡਰਾਂਲੇ ਦੀ ਗੱਲ ਕਰਦੇ ਆ, ਗੁਰਪ੍ਰੀਤ ਕੈਲੀਫੋਰਨੀਆ ਵਾਲਾ ਅਮਰੀਕਾ ਦੇ ਵਿੱਚ ਕਰਦਾ, ਉੱਥੇ ਇੰਡੀਆ ਜਾ ਕੇ ਖਾਲਿਸਤਾਨ ਦੇ ਨਾਰੇ ਲਾਉਂਦਾ ਰਿਹਾ, ਉਹ ਜਾ ਕੇ ਮੁੜ ਕੇ ਬਰਨਾਲੇ ਦਾ SSP ਮਹਿਤੇ ਚੌਂਕ ਆ ਕੇ ਇਹਦਾ ਕੇਸ ਵਾਪਸ ਲੈ ਕੇ ਗਿਆ, ਜਸਵੀਰ ਸਿੰਘ ਉੱਡੇ ਲੈ ਕੇ ਆਇਆ ਉਹਨੂੰ। ਬਿਲਕੁਲ ਬਿਲਕੁਲ, ਤੇ ਇਹਨਾਂ ਨੂੰ ਏਜੰਸੀਆਂ ਦੇ ਬੰਦੇ ਕਿਉਂ ਨਾ ਕਹੀਏ ਅਸੀਂ, ਇਹ ਤਾਂ ਅੱਜ ਦੀ ਗੱਲ ਹੈ, ਜਦੋਂ ਜਦੋਂ ਇਹ ਜਥੇਦਾਰ ਬਣਿਆ ਅਕਾਲ ਤਖ਼ਤ ਸਾਹਿਬ ਦਾ ਜਸਵੀਰ ਸਿੰਘ ਰੋਡੇ, ਉਦੋਂ ਗੁਰਦੀਪ ਸਿੰਘ ਬਠਿੰਡਾ ਫੜ ਆਉਂਦਾ, ਲੱਦੇ ਕੋਠੀ ਚ ਉਹਨੂੰ ਲੈ ਕੇ ਜਾਂਦੇ ਤੇ ਇਹਦੀ ਇੱਕ ਵਾਇਰਲੈਸ ਸੈੱਟ ਤੇ ਉਹਨੂੰ ਛੱਡਿਆ ਜਾਂਦਾ। ਕਦੋਂ ਕਦੋਂ ਜਵਾਬ ਦੇਣਗੇ ਲੋਕਾਂ ਨੂੰ? ਜਿੱਤੇ ਤੇਰੇ ਹੱਥ ਜੋੜੇ, ਏਦਾਂ ਦੇ ਪੋਤੜੇ ਨਾ ਫੁਲਾ ਲਈ, ਸਾਡਾ ਤੇ ਜੋ ਹੋਣਾ ਸੀ ਵੇਖ ਲਾਂਗੇ ਕੀ ਹੋਣਾ ਸਾਡਾ, ਲੇਕਿਨ ਪੋਤੜੇ ਏਦਾਂ ਦੇ ਫੋਲ ਜਾਂਗੇ ਪੁੱਤਰ, ਤੂੰ KTV ਕੀ, ਤੂੰ ਤਾਂ TTV ਪਤਾ ਨੀ ਭੁੱਲ ਜਾਏਗਾ ਸਾਰੇ ਪ੍ਰੋਗਰਾਮ ਕਰਨੇ। ਇਹਨਾਂ ਨੂੰ ਪਤਾ ਵੀ ਕੋਈ, ਅਸਲ ਚ ਇਹਨਾਂ ਨੂੰ ਵੀ ਉਹਨਾਂ ਨੇ ਓਹਲੇ ਚ ਰੱਖਿਆ ਆ ਵੀਰਾ, ਗੱਲ ਤਾਂ ਇਹ ਆ ਭਾਜੀ, ਖੰਡਾ ਖੁਦ ਰਿਹਾ, ਬਚਪਨ ਪੂਰਾ ਕੱਢਤਾ ਉਹਨੇ ਭਗੋੜੇ ਰਹਿਣ ਦੇ ਵਿੱਚ, ਉਹਦੀ ਮਾਂ ਤੇ ਪਿਓ ਨਾਲ ਕਿਰਾਇਆ ਤੇ ਰੁਲਦਾ ਰਿਹਾ, ਉਹਦਾ ਬਾਪੂ ਖੁਦ ਮਰਿਆ ਜਗਰਾਓ ਦੇ ਵਿੱਚ, ਔਰ ਲੀਡਿੰਗ ਦਾ ਚੋਟੀ ਦਾ ਜਥੇਦਾਰ ਸੀਗਾ, ਲੀਡਰ ਸੀਗਾ ਉਹਦਾ ਬਾਪੂ, ਫੈਡਰੇਸ਼ਨ ਦਾ ਵੀ, ਬਿੱਟੂ ਵਾਲੀ ਦਾ, ਔਰ ਬੱਬਰਾਂ ਦੇ ਨਾਲ ਵੀ, ਇਹਨਾਂ ਨਾਲ ਗੁਰਜੰਟਰਾਂ ਦੇ ਨਾਲ ਵੀ, ਉਹ ਕਿੱਦਾਂ ਕਹਿ ਸਕਦਾ, ਉਹਨੂੰ ਨੀ ਤੁਸੀਂ ਕਹਿ ਸਕਦੇ ਉਹਨੂੰ ਗੱਲਾਂ ਨੀ ਪਤਾ, ਉਹਦੀ ਮਾਈ ਜਿੰਦੀ ਬੈਠੀ ਉਹਨੂੰ ਗੱਲਾਂ ਪਤਾ ਆ। ਮੈਂ ਜਿੱਤੇ ਬਾਰੇ ਕਹਿੰਦਾ ਉਹਨੂੰ ਨੀ ਪਤਾ ਹੋਣਾ, ਲੇਕਿਨ ਜਿੱਤੇ ਇਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਆ, ਭਾਈ ਜਿਹੜੀ ਗੱਲ ਆਪਣੀ ਕਰਨੀ ਕਰੀ ਜੋ, ਸਾਨੂੰ ਵਿੱਚ ਨਾ ਸਿੱਟੋ, ਜਿਹੜਾ ਤੂੰ ਕਹਿੰਦਾ ਸੱਚ ਲਿਆਣਾ ਸਾਹਮਣੇ ਹਰਨੇਕ ਸਿੰਘ ਦਾ, ਭਾਈ ਸਾਨੂੰ ਪਤਾ ਤੂੰ ਲਿਆ ਹੀ ਕਿਹੜਾ ਲਿਆਣਾ, ਢੱਕਿਆ ਰਹਿਣ ਦਿਓ, ਮਾਮਲਾ ਤਾਂ ਵਧੀਆ ਆ। ਇਹਨਾਂ ਨੇ ਆਪਣੇ ਬਜ਼ੁਰਗਾਂ ਦੇ ਉਹ ਪੋਤੜੇ, ਭਾਜੀ ਬੜੇ ਲੋਕ ਚੁੱਪ ਬੈਠੇ ਆ, ਪਤਾ ਨੀ ਕਿਉਂ ਚੁੱਪ ਬੈਠੇ ਆ, ਜਿਹਦਿਨ ਬੋਲ ਪਏ ਨਾ, ਕੱਲੇ ਕੱਲੇ ਨੇ ਫੇਸਬੁੱਕ ਤੇ ਲਾਈਵ ਹੋ ਜਾਣਾ, ਤੇ ਇਹਨਾਂ ਨੂੰ ਇਹ ਇੱਕ ਪ੍ਰੋਗਰਾਮ ਕਰਨ ਦਾ, ਦਿਨ ਦੇ 4-4 ਪ੍ਰੋਗਰਾਮ ਸ਼ੁਰੂ ਹੋ ਜਾਣੇ ਨੇ। ਜਵਾਬ ਤਾਂ ਦੇਣੇ ਪੈਣਗੇ ਜੀ, ਕੌਮ ਜਿਹੜੇ ਉਹ ਗੱਲਾਂ ਜਿਹੜੀਆਂ ਗੱਲਾਂ, ਜਿਹੜਾ ਇਹ ਮਾਮਲਾ ਕੌਮੀ ਮਾਮਲਾ ਨਾ, ਹੁਣ ਤੁਸੀਂ ਇਦਾਂ ਥੋੜੀ ਕਰ ਸਕਦੇ ਪਏ, ਉਹੀ ਡਰਾਵੇ ਦੇ ਕੇ ਇਹ ਲੋਕ ਕਿਤੇ ਬਾਹਮਣ ਦੀ ਗੁਲਾਮੀ ਜੀਣੇ ਵਾਲੇ ਆ ਹੁਣ। ਭਾਜੀ ਜਿਨ੍ਹਾਂ ਦੇ ਘਰਾਂ ਚ ਲੰਗਰ ਨੀ ਪੱਕਦਾ ਸੀ, ਉਹਨਾਂ ਨੂੰ ਅੱਗੇ ਦੇ ਆ ਕੇ ਇਹਨਾਂ ਨੇ ਪੈਸੇ ਦਾ ਗਲਬਾ ਪਾਇਆ ਉਹਨਾਂ ਦੇ, ਉਹਨਾਂ ਦੇ ਮੂੰਹ ਚੁੱਪ ਕਰਾਏ, ਜਾਂ ਕਿਸੇ ਨੂੰ ਬਾਹਰ ਸੈੱਟ ਕਰਤਾ, ਜਾਂ ਜਿੱਦਾਂ ਹੁਣ ਬਿਮਲ ਕੌਰ ਨੂੰ ਮੂੰਹ ਚੁੱਪ ਕਰਾਇਆ ਇਹਨਾਂ ਨੇ MP ਦੀਆਂ ਇਲੈਕਸ਼ਨਾਂ ਲੜਾ ਕੇ,
ਉਹ ਗੱਲ ਬਿਲਕੁਲ ਬਹੁਤ ਵਧੀਆ ਕਿ ਇੱਕ ਪਾਸੇ ਉਹਨੇ ਇੰਦਰਾ ਮਾਰੀ ਸੀ, ਉਹਨਾਂ ਨੇ ਹਜ਼ਾਰਾਂ ਬੰਦੇ ਮਾਰਤੇ ਦਿੱਲੀ ਦੇ ਅੰਦਰ। ਦਿੱਲੀ ਛੱਡੋ ਬਕਾਲੋ, ਮੈਂ ਕਹਿੰਦਾ ਇੰਡੀਆ ਦਾ ਪੰਜਾਬ ਤੋਂ ਬਾਅਦ ਕੋਈ ਐਸਾ ਸ਼ਹਿਰ ਨੀ ਬਚਿਆ ਜਿੱਥੇ ਸਿੱਖ ਨਾ ਮਾਰਿਆ ਹੋਏ ਉਹਨਾਂ ਨੇ। ਇੱਕ ਦਿੱਲੀ ਚ ਨੀ ਮਾਰਿਆ, ਪੂਰੇ ਇੰਡੀਆ ਚ ਕੋਈ ਸਟੇਟ। ਕੋਮਬੇਟੂਰ ਐਡਾ ਵਧੀਆ ਇਲਾਕਾ ਆ ਚੇਨਈ ਦਾ, ਮਦਰਾਸ ਦਾ, ਤਾਮਿਲਨਾਡੂ ਦਾ। ਥੱਲੇ ਦੁਕਾਨ ਸੀ ਟੈਰਾਂ ਦੀ ਸਰਦਾਰ ਜੀ ਦੀ, ਉੱਪਰ ਮਕਾਨ ਸੀ, ਥੱਲੇ ਅੱਗ ਲਾ ਤੀ ਮਕਾਨ ਦੇ ਅੰਦਰ, ਸੱਤ ਜੀ ਜੀਂਦੇ ਸਾੜ ਤੇ ਉਹਨਾਂ ਨੇ। ਇੱਕ ਕੱਲੀ ਦਿੱਲੀ ਦਿੱਲੀ ਦੀ ਪੋਲੀਟਿਕਸ, ਦਿੱਲੀ ਦੀ ਪੋਲੀਟਿਕ ਜਿਹੜੀ ਇਫੈਕਟ ਕਰਦੀ ਪੰਜਾਬ ਹਰਿਆਣਾ ਦੀ ਪੋਲੀਟਿਕਸ ਤੇ, ਇਹਨਾਂ ਨੂੰ ਫਾਇਦਾ ਮਿਲਦਾ। ਦਿੱਲੀ 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 ਦਾ ਰੋਲਾ ਪਾਈ ਜਾਂਦੇ ਸਿਰਫ, ਕੋਈ ਗਲੀ ਕੋਈ ਮਹੱਲਾ ਪੂਰੇ ਇੰਡੀਆ ਦਾ ਕੋਈ ਨੀ ਬਚਿਆ ਜਿੱਥੇ ਸਿੱਖ ਨਾ ਮਾਰੇ ਹੋਣ ਉਦੋਂ ਉਹਨਾਂ ਨੇ। ਤੇ ਬਿਮਲ ਕੌਰ ਖਾਲਸਾ ਕਿੱਦਾਂ ਬਰਾਬਰ ਬੈਠੀ ਸੀ ਉਹਨਾਂ ਦੇ ਜਾ ਕੇ ਅੰਦਰ, ਇਹਨਾਂ ਨੂੰ ਦਿੱਲੀ ਚ ਫਲੈਟ ਦਿੱਤੇ ਉਹਨਾਂ ਨੇ, ਪੈਨਸ਼ਨਾਂ ਦਿੱਤੀਆਂ, ਹੱਦ ਹੋ ਗਈ ਯਾਰ। ਠੀਕ ਹੈ, ਅਤਿੰਦਰਪਾਲ ਨੂੰ ਕਿੱਦਾਂ ਉੱਥੇ ਉਹਨਾਂ ਨੇ ਫਲੈਟ ਦਿੱਤੀ ਰੱਖਿਆ, ਇਹਨਾਂ ਨੂੰ ਕਿੱਦਾਂ ਬਰਦਾਸ਼ਤ ਕਰ ਲਿਆ ਉਹਨਾਂ ਨੇ ਪਾਰਲੀਮੈਂਟ ਚ। ਬੜੀ ਗੰਦੀ ਖੇਡ ਖੇਡੀ ਗਈ ਜੀ ਸਾਡੇ ਨਾਲ, ਬਹੁਤ ਗੰਦੀ ਖੇਡ ਖੇਡੀ ਗਈ ਸਾਡੇ ਨਾਲ। ਉਹਨਾਂ ਨੇ ਸਾਡੀ ਕੋਈ ਨਸਲ ਕੁਸ਼ੀ ਨੀ ਕਰਨੀ ਸੀ, ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ। ਅਸੀਂ ਖੁਦ ਅਸੀਂ ਲੈਣਾ ਸੀ ਕੁਛ, ਸਾਨੂੰ ਮਿਲ ਜਾਂਦਾ। ਅੱਜ ਲੋਕੀ ਦੋ ਟਕੇ ਤੇ ਦੋ ਬੰਦੇ ਉੱਠ ਕੇ ਕਹਿੰਦੇ ਨੇ ਭਾਈ ਯਾਰ ਤੁਹਾਨੂੰ ਕੀ ਦੇਣਾ ਸਿੱਖੋ, ਤੁਹਾਨੂੰ ਅੱਜ ਦੇ ਦਈਏ, ਤੁਸੀਂ ਤੇ ਆਪਣੇ ਪਿੰਡ ਚ ਹੀ ਲੜ ਲੜ ਮਰ ਜਾਣਾ। ਸਹੀ ਗੱਲ ਆ, ਸਹੀ ਲੋਕੀ ਮਜ਼ਾਕ ਉਡਾਉਂਦੇ ਆ। ਜਿੱਤੇ ਭਾਈ ਹੱਥ ਜੋੜੇ ਤੇਰੇ, ਆਪਣੇ ਜਿਹੜੇ ਪਹਿਲੇ ਕਰਦੇ ਸ਼ੋ ਸ਼ੂ ਕਰ ਲਾ, ਛੱਡ ਦੇ ਸਾਡਾ ਸਿਆਪਾ, ਸਾਡੇ ਮਗਰ ਨਾ ਪੈ। ਉਹ ਪੋਤੜੇ ਬੋਲਾਂਗੇ, ਅਜੇ ਤਾਂ ਕੁਛ ਨੀ ਬੋਲ ਰਹੇ, ਆ ਕੁਛ ਨੀ ਬੋਲ ਰਹੇ ਅਜੇ। ਅਸੀਂ ਜਿੱਦਣ ਆਪਣੀ ਆਈ ਤੇ ਆ ਗਏ ਨਾ ਪੁੱਤਰ, ਤੈਨੂੰ ਇੰਗਲੈਂਡ ਕੀ ਤੇਰੇ ਵੱਡਿਆਂ ਨੂੰ ਇੰਡੀਆ ਛੱਡਣਾ ਔਖਾ ਹੋ ਜਾਣਾ। ਨਹੀਂ ਨਹੀਂ ਹੁਣ ਜੀ ਉਹ ਜਵਾਬ ਤਾਂ ਦੇਣੇ ਪੈਣਗੇ। ਇਹ ਜਿਹੜੀ ਟਕਸਾਲ ਨਾਮ ਦੀ ਲੇਹ ਆ, ਪੱਟ ਕੇ ਸਿੱਟਣੀ ਪੈਣੀ ਆ। ਇਹ ਇਹ ਕਰਤਾਰ ਸਿੰਘ ਦੇ ਵੇਲੇ ਤੋਂ ਸਾਡੀ ਕੌਮ ਨੂੰ ਲੱਗ ਗਈ ਆ। ਇਹ ਸਿਰ ਮੜੀ ਜੀ ਇਹਨਾਂ ਨੇ ਬੜੀ ਬੁਰੀ ਤਰੀਕੇ ਨਾਲ, ਸਾਡੇ ਬੜੇ ਬੁਰੇ ਤਰੀਕੇ ਨਾਲ। ਔਰ ਇਹਨਾਂ ਨੇ ਸਰਕਾਰਾਂ ਦੀਆਂ ਸ਼ਹਿਵਾਂ ਇਹਨਾਂ ਨੂੰ ਉਦੋਂ ਵੀ ਸੀਗੀਆਂ ਤੇ ਅੱਜ ਵੀ ਆ। ਕੋਈ ਸ਼ੱਕ ਨਹੀਂ ਕਾਂਗਰਸ ਦੇ ਨੇੜੇ ਸੀ, ਅੱਜ ਬਾਦਲ ਦੇ ਗੋਡੇ ਫੜ ਕੇ ਬੈਠੇ ਆ। ਬਾਦਲ ਦੇ ਗੋਡੇ ਨੀ, ਇਹ ਬਾਦਲ ਦੇ ਰਸਤੇ ਸਿੱਧੀ ਭਾਜਪਾ ਦੀ ਔਰ ਸੰਘ ਦੇ ਗੋਡੇ ਫੜ ਕੇ ਬੈਠੇ ਆ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਬਾਦਲ ਤਾਂ ਉਹਨਾਂ ਦਾ ਇੱਕ ਪਿਆਦਾ, ਬਾਦਲ ਇੱਕ ਉਹਨਾਂ ਦਾ ਫੌਜਦਾਰ ਹੈ ਸਿਰਫ ਪੰਜਾਬ ਸੂਬੇ ਦਾ। ਇਹ ਤਾਂ ਸਿੱਧੇ ਬਾਦਸ਼ਾਹ ਦੇ, ਉਹਨਾਂ ਦੀ ਬਾਦਸ਼ਾਹਤ ਦੇ, ਉਹਨਾਂ ਦੀ ਵਿਚਾਰਧਾਰਾ ਦੇ ਸਿੱਧੇ ਪੈਰ ਫੜ ਕੇ ਬੈਠੇ ਹੋਏ ਆ। ਕਲੀਅਰ ਹੋ ਗਿਆ ਜੀ, ਹੁਣ ਤਾਂ ਦਿਨੋ ਦਿਨ ਕਲੀਅਰ ਹੋਈ ਜਾਂਦਾ ਆ। ਜਿੱਦਾਂ ਜਿੱਦਾਂ ਇਹ ਬੰਦੇ ਕਰ ਰਹੇ, ਕੋਈ ਗੱਲ ਨੀ, ਇੰਡੀਆ ਵਾਲੇ ਡਰਦੇ ਨੀ, ਉਹ ਚੁੱਪ ਤਾਂ ਨੀ। ਕੋਈ ਗੱਲ ਨੀ ਭਾਈ, ਚੱਲ ਕੋਈ ਨੀ ਚੱਲਦਾ ਰਿਹਾ। ਬੰਦਾ ਕਹਿੰਦਾ ਹੀ ਹੈ ਯਾਰ ਛੱਡ, ਕੋਈ ਨੀ ਬੋਲਦਾ, ਪਿੰਡ ਚ ਪਾਗਲ ਹੁੰਦਾ ਕੋਈ ਬੋਲ ਗਿਆ, ਕੋਈ ਗੱਲ ਕੋਈ ਫਰਕ ਨੀ। ਲੇਕਿਨ ਇੰਨਾ ਵੀ ਨਾ ਬੋਲੋ ਕਿ ਅਗਲਾ ਫਿਰ ਤੁਹਾਨੂੰ ਖਿੱਚ ਕੇ ਉੱਥੇ ਲਿਆਏ ਤੇ ਜਵਾਬ ਦੇ ਰਹੇ, ਇਹਨਾਂ ਨੂੰ ਬਹੁਤ ਔਖੇ ਹੋ ਜਾਣੇ ਆ। ਤੇ ਜੀਤੇ ਭਾਜੀ ਆ ਚੁੱਪ ਕਰਕੇ ਆਪਣਾ ਜਿਹੜਾ ਕੇ ਟੀਵੀ ਚਲਾਉਂਦੇ ਪਏ, ਜਿਹੜਾ ਕਹਿੰਦਾ ਸੀ ਨਾ ਇਹ, ਅਸੀਂ ਵੀ ਹੁਣ ਸੁਣਦੇ ਹਾਂ, ਸਾਨੂੰ ਛੁਣਨਾ ਪੈਂਦਾ। ਜੇ ਹੁਣ ਅਸੀਂ ਛੁਣੀਏ ਤੇ ਤੁਹਾਨੂੰ ਪਤਾ ਨੀ ਲੱਗਦਾ। ਉਹ ਪਹਿਲੇ ਤਾਂ ਕਦੇ ਡਾਕਟਰ ਕੋਲ ਇਲਾਜ ਕਰਾ ਲਾ ਆਪਣਾ, ਜਾ ਕੇ ਸੱਚੇ ਨੂੰ ਸੱਚਾ ਬੋਲਦਾ ਰਹਿੰਦਾ ਤੂੰ। ਕੋਈ ਗੱਲ ਨੀ ਜੀਤੇ, ਆ ਜੀ ਮੇਰਾ, ਮੈਨੂੰ ਕਹਿੰਦਾ ਨਾ ਆ ਕੇ ਸਾਡਾ ਸਾਂਝਾ ਚੈਨਲ ਹੈ, ਗੱਲ ਕਰੋ। ਮੇਰੀ ਲਾ ਟਿਕਟ ਇੰਗਲੈਂਡ ਬੁਲਾ, ਇੱਕ ਘੰਟੇ ਵਾਸਤੇ ਬੁਲਾ ਮੈਨੂੰ, ਏਅਰਪੋਰਟ ਦੇ ਪ੍ਰੋਗਰਾਮ ਕਰਾ ਕੇ ਦੂਜੀ ਫਲੈਟ ਵਾਪਸ ਭਾ ਦੀ, ਆ ਜਾ। ਮੈਂ ਤੈਨੂੰ ਕਹਿੰਦਾ ਨੰਬਰ ਨੂੰ ਦੇ ਦਿਆਂਗੇ ਤੈਨੂੰ ਉਦੋਂ, ਇੱਕ ਘੰਟੇ ਵਾਸਤੇ ਬੁਲਾ। ਪੀਆਰ ਨੀ ਚਾਹੀਦੀ ਇੰਗਲੈਂਡ ਦੀ, ਕੋਈ ਵੀਜ਼ਾ ਨਹੀਂ। ਏਅਰਪੋਰਟ ਤੇ ਬੁਲਾ ਲਈ, ਏਅਰਪੋਰਟ ਤੇ ਇਮੀਗ੍ਰੇਸ਼ਨ ਵਾਲਿਆਂ ਕੋਲ ਅੱਧਾ ਘੰਟਾ ਲੈ ਲਈ, ਉੱਥੇ ਦਫ਼ਤਰ ਚ ਬਿਠਾ ਕੇ ਉੱਥੇ ਕੈਮਰੇ ਲਿਆਈ, ਕਰ ਲਈ ਮੈਨੂੰ ਉੱਥੇ ਆਉਣ ਲਈ, ਕਰੀ ਸਵਾਲ, ਦਈ ਜਵਾਬ, ਬੇਅੰਤ ਸਿੰਘ ਕਿਉਂ ਮਾਰਿਆ ਤੁਸੀਂ ਬਾਦਲ ਨੂੰ ਸਿਰ ਤੇ ਭਾਣ ਦੇ ਲਈ। ਅੱਜ ਵੀ ਤੁਹਾਡੇ ਇੱਕ ਪਾਰੋਂ ਫੋਨ ਦੇ ਉੱਤੇ ਬਾਦਲ ਇੱਥੇ ਬੰਦਿਆਂ ਦੀਆਂ ਬਦਲੀਆਂ ਕਰਦਾ।
ਵੱਡੇ ਖਾਲਿਸਤਾਨੀ ਬਣੇ ਫਿਰ ਤੇ ਤੁਸੀਂ ਬਰਬਾਦ ਤੇ ਲੋਕਾਂ ਦੇ ਪੁੱਤ ਤੇ ਦੁਆਰਾ ਲੱਗੇ ਫਿਰ ਪ੍ਰਵਾਨ ਆ 2020 ਵਾਲੇ ਬੋਦੀ ਵਾਲੇ ਨੂੰ ਕਿਹਾ ਇੱਥੇ ਇੰਡੀਆ ਸਾਰਿਆ ਪੀਰ ਮੁਹੰਮਦ ਨੂੰ ਤੂੰ 2 ਨੰਬਰ ਦਾ ਪੈਸਾ ਭੇਜ ਭੇਜ ਕੇ 84 ਦੇ ਉਹਦੇ ਟਾਈਟਲਰ ਦੇ ਨਾਮ ਤੇ ਉਹਨੂੰ ਸਾਡੇ ਸਿਰ ਤੇ ਮੜਤਾ ਅੱਜ ਉਹ ਬੜ ਗਿਆ ਟਕਸਾਲੀ ਅਕਾਲੀ ਦਲ ਚ ਜਾ ਕੇ ਸ਼੍ਰੋਮਣੀ ਕਮੇਟੀ ਦੀ ਤਾਂ ਉਹਦੇ ਕੋਲ ਸਾਰੇ ਕੋਲ ਆਪਣੀ ਜਵਾਨਤ ਨੀ ਬਚਾ ਹੋਈ ਸੀ ਮੈਂਬਰੀ ਦੀ ਆਪਣੇ ਪਿੰਡ ਤੋਂ ਹੀ ਲੜਿਆ ਸੀ ਜਾ ਕੇ ਪੀਰ ਮੁਹੰਮਦ ਤੋਂ ਜੀਰੇ ਤੋਂ ਤੇ ਹੁਣ ਲੜੂ ਇਲੈਕਸ਼ਨ ਇੱਥੋਂ MP ਦੀ ਪੈਣੇ ਤੁਹਾਡੇ ਛਿੱਤਰ ਪਿੰਡ ਤੁਹਾਨੂੰ ਪੁੱਛਦੇ ਉਹ ਤੁਸੀਂ ਸਰਪੰਚੀ ਦੀ ਇਲੈਕਸ਼ਨ ਖੜੀ ਹੋ ਜਾਓ ਤੁਹਾਡੀਆਂ ਤਾਂ ਜਮਾਨਤਾਂ ਜਮਾਂ ਤੋਂ ਜਾਣੀਆਂ ਹੋਣੀਆਂ ਜੀ ਹੋਣੀਆਂ ਉਹ ਤਾਂ ਪਤਾ ਉਹਨਾਂ ਨੂੰ ਵੀ ਪਤਾ ਆ ਜਾਣਦੇ ਆ ਉਹ ਬਾਕੀ ਜਿੱਤੇ ਭਾਈ ਜੇ ਤੂੰ ਸੁਣਦਾ ਨਾ ਮੈਨੂੰ ਦੇ ਦੇ ਇੱਕ ਘੰਟਾ ਬੁਲਾਲਾ ਏਅਰਪੋਰਟ ਤੇ ਮੈਂ ਲੈ ਕੇ ਜਾਈ ਮੈਂ ਨੀ ਵੇਖਣਾ ਸ਼ਹਿਰ ਕਿੱਦਾਂ ਦਾ ਤੇਰਾ ਇੰਗਲੈਂਡ ਅੱਧਾ ਘੰਟਾ ਹੀ ਦੇ ਦੀ ਏਅਰਪੋਰਟ ਤੇ ਤੇ ਕਰ ਲਈ ਜਿਹੜੇ ਸਵਾਲ ਤੇਰਾ ਸਾਂਝਾ ਚੈਨਲ ਹੈ ਨਾ ਤੂੰ ਸੱਦਾ ਦੇਣਾ ਤੇ ਉਦੋਂ ਜਾਗੋ ਵਾਲਾ ਵੀ ਕਹਿੰਦਾ ਟਿਕਟ ਅਸੀਂ ਲਾ ਦਿਆਂਗੇ ਲਾ ਦੇ ਮੇਰੀ ਟਿਕਟ ਉਹ ਨਾ ਨਾ ਉਹ ਤਾਂ ਧਮਕੀ ਉਹ ਤਾਂ ਜਾਣੀ ਆਪਣੇ ਚ ਤੋਂ ਕਮੀਣੇ ਆ ਨਾ ਕਮੀਣੇ ਆ ਉਹਨਾਂ ਦੀਆਂ ਹੱਡਾਂ ਚ ਹਰਾਮਖੋਰੀ ਵਸੀ ਹੋਆ ਉਹਨਾਂ ਦਿਆਂ ਚ ਜਿਸ ਕਰਕੇ ਇਦਾਂ ਦੀਆਂ ਗੋਲ ਮਤਲਬ ਤਾਂ ਉਹਨਾਂ ਦਾ ਇਹੀ ਆ ਨਾ ਭਈ ਇਦਾਂ ਧਮਕੀ ਦੇ ਰਿਹਾ ਇਨਡਾਇਰੈਕਟਲੀ ਉਹ ਤਾਂ ਉਹ ਹੋਰ ਕਰ ਕੀ ਰਹੇ ਵੀਰ ਜੀ ਪਹਿਲਾਂ ਹੀ ਉਹ ਧਮਕੀ ਇਹਨਾਂ ਨੇ ਉਦੋਂ ਦਿੱਤੀ ਆ ਉਦੋਂ ਕਹਿੰਦੇ ਸੀ ਜਦੋਂ 1991 ਦੇ ਵਿੱਚ ਜਦੋਂ ਇਹਨਾਂ ਨੇ ਬੇਅੰਤ ਸਿੰਘ ਸਿਰ ਤੇ ਪਾਇਆ ਲਿਆ ਕੇ ਸਾਡੇ ਆ ਗੁਰਜੰਡ ਸਿੰਘ ਬੁੱਧ ਵਾਲਾ ਬੁੱਧ ਸਿੰਘ ਵਾਲਾ ਖੰਡਾ ਬੈਠਾ ਖੰਡੇ 5 ਗ੍ਰਾਮ ਦੇ ਸਿੱਕੇ ਤੁਸੀਂ ਕਹਿੰਦੇ ਸੀਗੇ ਜਿਹੜੇ ਇਲੈਕਸ਼ਨਾਂ ਲੜ ਰਹੇ ਸੀਗੇ ਕੈਂਡੀਡੇਟਾਂ ਨੂੰ ਤੁਹਾਡੇ ਤੇ ਠੰਡਾ ਕਰਾਂਗੇ ਫੋਨ ਕਰ ਕਰਕੇ ਲੈਣ ਲਾਈਨਾਂ ਤੇ ਉਦੋਂ ਮੋਬਾਈਲ ਨੀ ਹੁੰਦੇ ਲੈਣ ਤੇ ਤੇਰਾ ਬਾਪੂ ਤੇ ਤੇਰਾ ਰਾਜਸਥਾਨੀ ਫੋਨ ਕਰਦਾ ਬੁੱਧ ਸਿੰਘ ਵਾਲਾ ਸੋਰੀ ਫੋਨ ਆ ਗਏ ਹਾਂਜੀ 5 ਗ੍ਰਾਮ ਦਾ ਸਿੱਕਾ ਠੰਡਾ ਕਰਾਂਗੇ ਤੁਹਾਡੇ ਤੇ ਉਹ ਹੁਣ ਤੁਹਾਡੇ 5 ਗ੍ਰਾਮ ਦੇ ਸਿੱਕੇ ਕਿੱਥੇ ਗਏ ਜਦੋਂ ਫਿਰ ਕੀਤੇ ਉਹਨਾਂ ਨੇ ਤੁਹਾਡੇ ਦੇ ਠੰਡੇ ਚਲੋ ਵੀਰ ਜੀ ਸੋਰੀ ਥੈਂਕ ਯੂ ਜੀ ਥੈਂਕ ਯੂ ਕੌਮ ਮਰਵਾਈ ਇਹਨਾਂ ਨੇ ਧੰਨਵਾਦ ਤੁਹਾਡਾ ਜੀ ਕੋਈ ਗੱਲ ਨੀ ਆਪਾਂ ਗੱਲ ਜਿਹੜਾ ਵਿਸ਼ਾ ਚੱਲਦਾ ਰਹਿਣਾ